ਅੱਜ ਮੈਂ ਤੁਹਾਨੂੰ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਨਨਕਾਣਾ ਸਾਹਿਬ ਦੀ ਤਹਿਸੀਲ ਸਾੰਗਲਾ ਹਿਲ ਦੇ ਸਿਆਲਕੋਟ ਵਾਲੀ ਜੇਲ੍ਹ ਵਿੱਚ ਪੈਂਦਾ ਇੱਕ ਇਹੋ ਜਿਹਾ ਪਿੰਡ ਬਖਾਲਣ ਲੱਗਾ ਜਿਸ ਪਿੰਡ ਦਾ ਇੱਕ ਡੇਰਾ ਬਹੁਤ ਮਸ਼ਹੂਰ ਏ ਜਿਸ ਦੇ ਉੱਤੇ ਰਾਵੀ ਤੋਂ ਲੈ ਕੇ ਚਨਾਬ ਦੇ ਵਿੱਚਕਾਰ ਦੇ ਵੱਡੇ ਵੱਡੇ ਫੈਸਲੇ ਹੁੰਦੇ ਰਹੇ ਨੇ ਇਸ ਪਿੰਡ ਦਾ ਸਿਆਸਤ ਦੇ ਵਿੱਚ ਵੀ ਇੱਕ ਵੱਡਾ ਨਾਂ ਹੈ ਤਹਿਸੀਲ ਸਾੰਗਲਾ ਹਿਲ ਦੀ ਸਦਾ ਬਹਾਰ ਸਿਆਸਤ ਇਸ ਪਿੰਡ ਦੇ ਲੋਕਾਂ ਕੋਲ ਰਹੀ ਏ। ਸਾਗਲੇ ਦਾ ਮੌਜੂਦਾ ਐਮਪੀਏ ਵੀ ਇਸੇ ਪਿੰਡ ਦਾ ਹੀ ਏ। ਤਹਿਸੀਲ ਸਾਗਲਾ ਹਿਲ ਦੇ ਵਿੱਚ ਸਾਗਲੇ ਤੋਂ ਪਲੇ ਰੋਡ ਦੇ ਉੱਤੇ ਜਾਈਏ ਤੇ 121 ਆਰਵੀ ਨੰਬਰ ਦੀਆਂ ਦੋ ਆਬਾਦੀਆਂ ਨੇ। ਇੱਕ ਹੰਜਲੀ ਤੇ ਦੂਸਰੀ ਡੁਗਰੀ ਤੇ ਅਸੀਂ ਅੱਜ ਤੁਹਾਨੂੰ ਜਿਹੜਾ ਪਿੰਡ ਵਖਾ ਰਹੇ ਹਾਂ ਇਹ ਹੈ 121 ਰੇਬੇ ਹੰਜਲੀ 12 ਬਾਅਦ ਹੁਣ ਵੇਲੇ ਅੰਗਰੇਜ਼ ਸਰਕਾਰ ਨੇ ਸਿਆਲਕੋਟ ਦੀ ਤਹਿਸੀਲ ਪਸਰੂਰ ਦੇ ਪਿੰਡ ਹੰਜਲੀ ਦੇ ਲੋਕਾਂ ਨੂੰ ਇਸ ਪਿੰਡ ਦੇ ਵਿੱਚ ਰਕਬੇ ਅਲਾਟ ਕੀਤੇ ਸੀ ਤੇ ਉਹਨਾਂ ਲੋਕਾਂ ਆਪਣੇ ਪਿਛਲੇ ਪਿੰਡ ਹੰਜਲੀ ਦੇ ਨਾਮ ਤੋਂ ਆਪਣੇ ਇਸ ਪਿੰਡ ਦਾ ਨਾਂ ਵੀ ਹੰਜਲੀ ਹੀ ਰੱਖ ਦਿੱਤਾ ਇਹ ਦੋਵੇਂ ਪਿੰਡ ਸੰਗਲੇ ਹਿਲਦੀ ਸਿਆਲਕੋਟੀ ਜ਼ਿਲ੍ਹੇ ਦੇ ਵਿੱਚ ਆਂਦੇ ਨੇ ਇਨਾਂ ਦੇ ਆਸੇ-ਪਾਸੇ ਵੀ ਸਾਰੇ ਸਿਆਲਕੋਟੀਆਂ ਦੇ ਪਿੰਡ ਨੇ ਜਿਹੜੇ ਸਨ 1890 ਦੀ ਦਹਾਈ ਦੇ ਵਿੱਚ ਸੰਦਲਬਾਰ ਦੀ ਆਬਾਦਕਾਰੀ ਦੇ ਵਿੱਚ ਸਿਆਲਕੋਟ ਦੇਆਂ ਪਿੰਡਾਂ ਚੋਂ ਗੋਰੀ ਸਰਕਾਰ ਨੇ ਲੋਕਾਂ ਨੂੰ ਲਿਆ ਕੇ ਇੱਥੇ ਬਿਠਾਇਆ ਤੇ ਨਾ ਪਿੰਡਾਂ ਨੂੰ ਆਬਾਦ ਕੀਤਾ ਜੇਕਰ ਪਿੰਡ ਹੰਜਲੀ ਦੇ ਗਵੰਡੀ ਪਿੰਡਾਂ ਦੀ ਗੱਲ ਕਰੀਏ ਤੇ ਇਸ ਦੇ ਗਵਾਂਢ ਦੇ ਵਿੱਚ ਪਿੰਡ 119 ਪਲੇਰ ਬਾਬੇ ਅਮਰ ਸਿੰਘ ਦਾ ਪਿੰਡ ਤੇ ਪਿੰਡ 120 ਚੱਕ ਦੀਆਂ ਸੱਤ ਆਬਾਦੀਆਂ ਨੇ ਤੇ ਸਾਰਿਆਂ ਦੀਆਂ ਸਾਰੀਆਂ ਸਿਆਲਕੋੜ ਤੋਂ ਆਇਆ ਸਿੱਖਾਂ ਦੀਆਂ ਸੀ ਜਿਹੜੇ 47 ਦੀਆਂ ਵੰਡਾਂ ਵੇਲੇ ਇੱਥੋਂ ਉੱਜੜ ਕੇ ਚੜ੍ਹਦੇ ਪੰਜਾਬ ਚਲੇ ਗਏ ਇਸ ਦੇ ਨਾਲ ਹੀ 116 ਚੱਕ ਦੀਆਂ ਵੀ ਦੋ ਆਬਾਦੀਆਂ ਨੇ ਲੱੱਦਰ ਤੇ ਕੁਲੇਵਾਜਵਾ ਇਸ ਦੇ ਨਾਲ ਹੀ ਇੱਥੇ ਦੋ ਲੋਕਲ ਪਛਿੰਦਿਆਂ ਦੇ ਪਿੰਡ ਨੇ ਰਾਮੂਆਣਾ ਸ਼ੇਖਾਂ ਤੇਰਾਮੂ ਵਾਲਾ ਗਡਗੋਰਾ ਹੁਣ ਗੱਲ ਕਰ ਲੈਨੇ ਆ 121 ਰੇਬੇ ਹੰਜਲੀ ਦੇ ਵਿੱਚ ਬੈਠੀਆਂ ਬਰਾਦਰੀਆਂ ਦੀ ਹੰਜਲੀ ਪਿੰਡ ਦੀ ਸਾਰਿਆਂ ਨਾਲ ਵੱਡੀ ਤੇ ਅਕਸਰੀਤ ਬਰਾਦਰੀ ਬਾਜਵਾਏ ਬਾਜਵਿਆਂ ਨੇ ਹੀ ਇਸ ਪਿੰਡ ਨੂੰ ਆ ਕੇ ਆਬਾਦ ਕੀਤਾ ਇਹਨਾਂ ਦੇ ਨਾਲ ਸੰਧੂਆਂ ਦੇ ਘਰ ਸੀ ਉਹਨਾਂ ਨੇ ਇਹਨਾਂ ਦੇ ਨਾਲ ਰਹਿਣ ਤੋਂ ਅਨਕਾਰ ਕਰਤਾ ਉਹਨਾਂ ਆਪਣਾ علیحدਾ ਪਿੰਡ ਡੁਗਰੀ ਵਸਾ ਲਿਆ ਬਾਜਵਿਆਂ ਤੋਂ ਇਲਾਵਾ ਇਸ ਪਿੰਡ ਦੇ ਵਿੱਚ ਕੁਝ ਘਰ ਮੰਗਲਾ ਡੈਨ ਦੇ ਮਤਾਸਰীন ਮੀਰਪੁਰੀਆਂ ਦੇ ਵੀ ਨੇ ਇਸ ਪਿੰਡ ਦੇ ਵਿੱਚ ਜੱਟਾਂ ਦੀ ਇੱਕੋ ਹੀ ਗੋਤ ਬਾਜਵਾ ਉਹੀ ਬੈਠੀ ਹੋਈ ਏ ਇਸ ਕਰਕੇ ਪਿੰਡ ਦੇ ਵਿੱਚ ਇਤفاق ਤੇ ਪਿਆਰ ਮੁਹੱਬਤ 121 ਰੇਬੇ ਪਿੰਡ ਦਾ ਕੁੱਲ ਰਕਬਾ 50 ਮਰਬੇਆ ਜਿਸ ਦੇ ਵਿੱਚ 25 ਮਰਬੇ ਹੰਜਲੀ ਪਿੰਡ ਕੋ ਆ ਤੇ 25 ਮਰਬੇ ਹੀ ਪਿੰਡ ਡੁਗਰੀ ਵਾਲਿਆਂ ਨੂੰ ਆਇਆ ਹੁਣ ਗੱਲ ਕਰਦੇ ਆ ਉਸ ਮਸ਼ਹੂਰ ਡੇਰੇ ਦੀ ਜਿੱਥੇ ਰਾਵੀ ਤੋਂ ਚਨਾਬ ਤੱਕ ਦੇ ਮਸ਼ਹੂਰ ਫੈਸਲੇ ਹੁੰਦੇ ਰਹੇ ਨੇ ਉਸ ਡੇਰੇ ਦੇ ਪ੍ਰਦਾਨ ਜਿਨ੍ਹਾਂ ਦਾ ਇਸ ਹਲਾਕੇ 'ਚ ਇੱਕ ਵੱਡਾ ਨਾਂ ਸੀ ਚੌਧਰੀ ਜਮੀਉਲਾ ਬਾਜਵਾ ਰਫੀਕ احمد ਬਾਜਵਾ ਚੌਧਰੀ ਮੁਹੰਮਦ ਹਸੈਨ ਬਾਜਵਾ ਤੇ ਚੌਧਰੀ ਮੁਹੰਮਦ ਸ਼ਫੀ ਬਾਜਵਾ ਸਾਹਿਬ ਪਿੰਡ ਦੇ ਆ ਵੱਡਿਆਂ ਬਜ਼ੁਰਗਾਂ ਦੀ ਗੱਲ ਕਰੀਏ ਜਿਹੜੇ 12 ਆਬਾਦ ਹੋਣ ਵੇਲੇ ਆਏ ਸੀ ਤੇ ਉਹਨਾਂ ਦੇ ਵਿੱਚ ਰਮਜ਼ਾਨ ਬਾਜਵਾ ਜੀ ਦਾ ਖਾਨਦਾਨ ਸੀ ਫਕੀਰ ਹਸੈਨ ਤੇ ਸ਼ਮੀਰ ਹਸੈਨ ਦਾ ਡੱਬਰ ਸੀ ਪਿੰਡ ਦੀ ਲੰਬੜਦਾਰੀ ਦੀ ਗੱਲ ਕਰੀਏ ਤੇ ਪਹਿਲੇ ਲੰਬੜਦਾਰ ਚੌਧਰੀ ਨਵਾਬ ਖਾਨ ਲੰਬੜਦਾਰ ਸੀ ਜਿਨ੍ਹਾਂ ਦੇ ਨਾਂ ਤੋਂ ਪਿੰਡ ਵੱਜਦਾ ਰਿਹਾ ਹੈ ਤੇ ਹਾਜ਼ਰ ਲੰਬੜਦਾਰੀ ਦਾ ਨਜ਼ਾਮ ਚੌਧਰੀ ਸ਼ਾਹਦ ਲੰਬੜਦਾਰ ਸਾਹਿਬ ਸੰਭਾਲਦੇ ਨੇ ਪਿੰਡ ਦਾ ਸਿਆਸਤ ਦੇ ਵਿੱਚ ਸ਼ੁਰੂ ਤੋਂ ਹੀ ਸਿਰ ਕਢਵਾ ਨਾ ਰਿਹਾ ਹੈ ਆਓ ਚੰਦ ਸਿਆਸੀ ਸਮਾਜੀ ਸਰਕਾਰੀ ਸ਼ਖਸੀਅਤਾਂ ਦੀ ਗੱਲ ਕਰਦੇ ਜਿਨ੍ਹਾਂ ਦੇ ਵਿੱਚ ਨਾਂ ਆਂਦਾ ਹੈ ਚੌਧਰੀ ਰਫੀਕ ਬਾਜਵਾ ਐਡਵੋਕੇਟ ਜਨਰਲ ਸੈਕਟਰੀ ਪਾਕਿਸਤਾਨ ਕੌਮੀ ਇਤਿਹਾਦ ਮੁਹੰਮਦ ਅਖਤਰ ਬਾਜਵਾ ਮੈਂਬਰ ਡਿਸਟ੍ਰਿਕਟ ਕਾਉਂਸਲ ਚੌਧਰੀ ਤਾਰਕ ਬਾਜਵਾ ਅਸ ਪਿੰਡ ਦੇ ਨੇ ਜਿਹੜੇ ਕਿ ਤਿੰਨ ਦਫਾ ਐਮਪੀਏ ਹੋਏ ਨੇ ਹਾਜ਼ਰ ਮੌਕੇ ਤੇ ਉਹਨਾਂ ਦਾ ਹੀ ਪੁੱਤਰ ਚੌਧਰੀ ਸੁਲਤਾਨ ਤਾਰਕ ਬਾਜਵਾ ਇਸ ਇਲਾਕੇ ਦਾ ਐਮਪੀਏ ਚੇਅਰਮੈਨਸ਼ਿਪ ਦੀ ਗੱਲ ਕਰਾਂ ਤੇ ਸ਼ੁਰੂ ਤੋਂ ਹੀ ਯੂਨੀਅਨ ਕਾਉਂਸਲ ਦੀ ਚੇਅਰਮੈਨੀ ਅਸ ਪਿੰਡ ਦੇ ਕੋਲ ਹੀ ਰਹੀ ਹੈ ਜਿਨ੍ਹਾਂ ਦੇ ਵਿੱਚ ਮੁਹੰਮਦ ਸ਼ਫੀ ਬਾਜਵਾ ਚੇਅਰਮੈਨ ਅਨਵਰ ਹੁਸੈਨ ਚੇਅਰਮੈਨ ਤੇ ਚੌਧਰੀ ਅਬਦੁਰਾਉਫ ਚੇਅਰਮੈਨ ਹੋਏ ਨੇ ਪਿੰਡ ਦੇ ਵਿੱਚ ਬਹਿਰੀਨ ਦੇ ਨੈਸ਼ਨਲ ਵੀ ਹੋਏ ਨੇ ਚੌਧਰੀ ਤਜਮਮਲ ਬਾਜਵਾ ਚੌਧਰੀ ਮਜ਼ਮਮਲ ਬਾਜਵਾ ਮੌਜੂਦਾ ਹਾਲਾਤਾਂ ਦੀ ਗੱਲ ਕਰੀਏ ਤੇ ਪਿੰਡ ਦੇ ਬਹੁਤ ਸਾਰੇ ਲੋਕ ਬਾਹਰ ਦੇ ਆਮਲਕਾਂ ਚ ਨੇ ਪਿੰਡ ਦੇ ਵਿੱਚ ਸੜਕਾਂ ਤੋਂ ਵੱਧ ਕੋਠੀਆਂ ਨੇ ਸਾਫ ਸੁਥਰਾ ਤੇ ਛੋਟਾ ਜਿਹਾ ਪਿੰਡ ਬਹੁਤ ਵਧੀਆ ਲੱਗਾ ਇਸ ਪਿੰਡ ਵਿੱਚ ਜਾ ਕੇ ਹੁਣ ਅਸੀਂ ਚੌਧਰੀ ਜਮੀਲਾ ਬਾਜਵਾ ਸਾਹ ਦੇ ਡੇਰੇ ਪਹੁੰਚੇ ਆ ਤੇ ਪਿੰਡ ਬਾਰੇ ਗੱਲਬਾਤ ਕਰਦੇ ਆ 1892 ਦਾ دخل ਹੈ ਸਾਡੇ ਸਾਰੇ ਪਿੰਡ ਜਿਹੜੇ ਇਸ ਇਲਾਕੇ ਦੇ ਨੇ ਇਹ ਬਾਰ ਦੇ ਪਿੰਡ ਨੇ ਸਿਆਲਕਟ ਵੀ ਇਹੀ ਪਿੰਡ ਸਨ ਇਹਨਾਂ ਨਾਵਾਂ ਦੇ ਕੋਈ ਪਿੰਡ ਹੁਣ ਇੱਥੇ ਨਹੀਂ ਸਾਡਾ ਪਿੰਡ ਹੰਜਲੀ ਹੈ ਹੰਜਲੀ 121 ਚੱਕ ਇਹਦੇ ਨਾਲ ਡੁਗਰੀ ਹੈ ਉਹਦਾ ਵੀ 121 ਚੱਕੇ ਡੁਗਰੀ ਦੇ ਆਬਾਦਕਾਰ ਜਿਹੜੇ ਨੇ ਉਹ ਸੰਧੂ ਬਰਾਦਰੀ ਦੇ ਨੇ ਸਾਡਾ ਪਿੰਡ ਜਿਹੜਾ ਨੇ ਬਾਜਵੇਆਂ ਦਾ ਤੇ ਬਾਜਵੇ ਬਹੁਤ ਇੱਜ਼ਤ ਬੜਾ ਨਾਂ ਇਹਨਾਂ ਦਾ ਉਦੀ ਮੇਨ ਵਜ੍ਹਾ ਇੱਕ ਸਲੂਕ ਤਫਾਕ ਬਹੁਤ ਅੱਛਾ ਸੀ ਦੋ ਬਾਬਿਆਂ ਦੀ ਇਲਾਜ ਸਨ ਉਸ ਵਜ੍ਹਾ ਤੋਂ ਸਲੂਕ ਤਫਾਕ ਨਾਲ ਇਹਨਾਂ ਨੇ ਸਾਰੀ ਜ਼ਿੰਦਗੀ ਬਸਰ ਕੀਤੀ ਹੈ ਅੱਜ ਵੀ ਪਿੰਡ 'ਚ ਕੋਈ ਲੜਾਈ ਵਾਲੇ ਮਾਮਲੇਤ ਨਹੀਂ ਸਲੂਕ ਤਫਾਕ ਨਾਲ ਹੀ ਰਿਹਾ ਜਾਂਦਾ ਹੈ ਪਿੰਡ ਦਾ ਡੇਰੇਦਾਰੀ ਦਾ ਨਿਜ਼ਾਮ ਬਹੁਤ ਅੱਛਾ ਸੀ ਦੋ ਦਰਿਆਵਾਂ 'ਚੋਂ ਇਹਨਾਂ ਕੋਲ ਬਹੁਤ ਅੱਛੇ ਵੱਡੇ ਵੱਡੇ ਫੈਸਲੇ ਆਉਂਦੇ ਹਣ ਇੱਥੋਂ ਦੇ ਬਜ਼ੁਰਗ ਬਹਿ ਕੇ ਫੈਸਲੇ ਕਰਦੇ ਸਨ ਰੋਜ਼ਗਾਰ ਜਿਹੜਾ ਪਿੰਡ ਦਾ ਰੋਜ਼ਗਾਰ ਬਰੂਨੇ ਮੁਲਕ ਜ਼ਿਆਦਾ ਬਣਿਆ ਹੈ ਪੰਜੀ ਮਰਬੇ ਰਕਮੇ ਦਾ ਪਿੰਡ ਹੈ ਜ਼ਮੀਨਦਾਰੇ ਚ ਪਹਿਲਾਂ ਦਿਲਚਸਪੀ ਲੈਂਦੇ ਸਨ ਹੁਣ ਸਾਰੇ ਬਰੂਨੇ ਮੁਲਕ ਨਾਲੀ ਦਿਲਚਸਪੀ ਇਹਨਾਂ ਦੀ